ਵਿਸ਼ ਵਾਤਾਵਰਨ ਦਿਵਸ ਮੌਕੇ ਇਕੋ ਸਿੱਖ ਸੰਗਤਾਂ ਤੇ ਐਨ ਆਰ ਆਈ ਡਾਕਟਰ ਐਚ ਐਸ ਬਾਠ ਦੇ ਸਹਿਯੋਗ ਨਾਲ ਪਟਿਆਲਾ ਦੇ ਸੈਂਚਰੀ ਇਨਕਲੇਵ ਵਿਖੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਤਕਰੀਬਨ 200 ਦੇ ਕਰੀਬ ਵੱਖ-ਵੱਖ ਪ੍ਰਜਾਤੀਆਂ ਦੇ ਬੂਟੇ ਲਗਾਏ ਗਏ ਇਸ ਵਾਤਾਵਰਨ ਦਿਵਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਸਾਬਕਾ ਮੈਂਬਰ ਪੰਜਾਬ ਪਬਲਿਕ ਸੇਵਾ ਕਮਿਸ਼ਨ ਅਤਵੰਤ ਸਿੰਘ ਮੋਹੀ ਨੇ ਪਰਮਾਤਮਾ ਦਾ ਨਾਮ ਲੈ ਕੇ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ ਸਤਿ ਸ਼੍ਰੀ ਅਕਾਲ ਦੋਸਤੋ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੂਰੇ ਦੇਸ਼ ਦੇ ਵਿੱਚ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਵੀ ਬੂਟੇ ਲਗਾ ਰਹੇ ਨੇ ਜੇਕਰ ਸੰਸਥਾਵਾਂ ਦੀ ਗੱਲ ਕੀਤੀ ਆਵੇ ਸੰਸਥਾਵਾਂ ਆਪਣੇ ਪੱਧਰ ਤੇ ਜਿਹੜੇ ਬੂਟੇ ਲਗਾ ਰਹੀਆਂ ਨੇ ਕਿਉਂਕਿ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਸੀ ਇੱਕ ਪਾਸੇ ਕਰੋਨਾ ਮਾਮਲਾ ਨਹੀਂ ਹੈ ਦੂਜੇ ਪਾਸੇ ਜਿਹੜੀ ਆਕਸੀਜਨ ਦੀ ਕਮੀ ਜਿਹੜੀ ਲਗਾਤਾਰ ਘਟਦੀ ਜਾ ਰਹੀ ਹੈ ਪਰ ਜਿਹੜਾ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਸੰਸਥਾਵਾਂ ਨੇ ਲੋਕ ਨੇ ਉਹ ਬੂਟੇ ਜਿਹੜੇ ਨੇ ਲਗਾਣੇ ਸ਼ੁਰੂ ਕਰ ਦਿੱਤੇ ਗਏ ਨੇ ਕਿਉਂਕਿ ਵਾਤਾਵਰਣ ਦਿਵਸ ਜਿਹੜਾ ਹੈ ਅੱਜ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿ ਦੇ ਵਿੱਚ ਜਿਹੜੇ ਨੇ ਬੂਟੇ ਫੜ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਜਿਹੜੇ ਨੇ ਅੱਜ ਬੂਟੇ ਲਗਾ ਰਹੇ ਨੇ ਸੋ ਤਸਵੀਰਾਂ ਪਟਿਆਲੇ ਦੀਆਂ ਨੇ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਆਕਸੀਜਨ ਦੀ ਕਮੀ ਜਿਹੜੀ ਹੈ ਬਹੁਤ ਲਗਾਤਾਰ ਜਿਹੜੀ ਘਟ ਰਹੀ ਹੈ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕਿਤੇ ਜਾ ਰਹੇ ਨੇ ਤੇ ਸੰਸਥਾਵਾਂ ਵੱਲੋਂ ਵੀ ਉਪਰਾਲੇ ਕਿਤੇ ਜਾ ਰਹੇ ਨੇ ਸੋ ਗੱਲਬਾਤ ਕਰਾਂਗੇ ਕਿਉਂਕਿ ਜਿਨ੍ਹਾਂ ਦੇ ਆਪਾਂ ਘਰੇ ਆਏ ਆ ਉਹ ਅੱਜ ਬੂਟੇ ਲਗਾ ਰਹੇ ਨੇ ਗਲਤ ਕਰਦੇ ਆ ਸਕੀ ਲੋੜ ਪੈਗੀ ਬੂਟੇ ਲਗਾਣ ਦੀ ਕਿਉਂਕਿ ਆਕਸੀਜਨ ਦੀ ਬਹੁਤ ਕਮੀ ਸੀ ਪਰ ਸਰਕਾਰਾਂ ਵੱਲੋਂ ਜਿਹੜਾ ਕਦਮ ਚੁੱਕਣਾ ਸੀ ਉਹ ਅੱਜ ਘਰਾਂ ਦੇ ਵਿੱਚ ਕ ਕਿੰਨੇ ਸਾਲਾਂ ਬਾਅਦ ਉਹ ਬਾਹਰ ਆਇਆ ਆਲਮੋਸਟ ਪੈਂਡ 20 ইয়ার্স ਅਬ੍ਰੋਡ ਮੈਂ ਜਿੱਥੇ ਵੀ ਰਿਹਾ ਬੜਾ ਦੇਖਿਆ ਵੀ ਬੜੀ ਗ੍ਰੀਨਰੀ ਹੁੰਦੀ ਹੈ ਔਰ ਪੀਪਲ ਲਵ ਫੋਰੈਸਟ ਐਂਡ ਫੋਰੈਸਟੇਸ਼ਨ ਆਪਣੇ ਹਿੰਦੁਸਤਾਨ ਚ ਕੀ ਹੋ ਰਿਹਾ ਵੀ ਡੀਫੋਰੈਸਟੇਸ਼ਨ ਹੋ ਰਹੀ ਹੈ ਤਾਂ ਇੱਕ ਸਿੱਖ ਇਕੋ ਸਿੱਖ ਨੇ ਇੱਕ ਮੁਹਮਲ ਚਲਾਈ ਸੀ ਆਈ ਵਾਂਟਡ ਟੂ ਬੀ ਪਾਰਟ ਆਫ ਥੈਟ ਤੇ ਉਸ ਚੱਕਰ ਚ ਮੈਂ ਕਹਿੰਦਾ ਚਲੋ ਥੋੜਾ ਜਿਹਾ ਮਾਈ ਕੰਟਰੀਬਿਊਸ਼ਨ ਲिटल ਬਿਟ ਫॉर ਰੀਫੋਰੈਸਟੇਸ਼ਨ ਤਾਂ ਕਿ ਇਹ ਜਿਹੜਾ ਫੋਰੈਸਟ ਹੋਏਗਾ ਨਾ ਜੀ ਇਹ ਇੰਨੀ ਆਕਸੀਜਨ ਦੇਗਾ ਕਿ 5 ਕਿਲੋਮੀਟਰ ਤੱਕ ਫਰੈਸ਼ ਆਕਸੀਜਨ ਜਾਏਗੀ ਔਰ ਟੈਂਪਰੇਚਰ ਅਰਾਊਂਡ ਜਿਹੜਾ ਹੋਏਗਾ ਉਹ ਵੀ 2-3 ਡਿਗਰੀ ਘਟ ਜਾਏਗਾ ਸੋ ਆਈ ਹੈਡ ਦਿਸ ਪਲਾਟ ਮੇਰੇ ਕੋਈ ਪਲਾਟ 603 ਹੈ ਦਾ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਕਹਿੰਦਾ ਜੇ ਅਸੀਂ 200 ਕੋ ਪlant ਲਾ ਦਿਆਂਗੇ ਵਿਚਰ ਨੇਟਿਵ ਟੂ ਦਿਸ ਲੈਂਡ ਸੋ ਹੇਅਰ ਵੀ ਆਰ ਨਾਓ ਮਿਸਟਰ ਤੁਸੀਂ ਬਾਹਰ ਦੇਸ਼ਾਂ ਚੋਂ ਆ ਕੇ ਇੱਕ ਕਦਮ ਚੁੱਕ ਰਿਹਾ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਕਿਹੜੇ ਇਹ ਕਦਮ ਚੁੱਕਣ ਕਿਉਂਗੀ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਆਕਸੀਜਨ ਦੀ ਬਹੁਤ ਕਮੀ ਹੈ ਕਿਉਂਕਿ ਆਪਣੀ ਜ਼ਿੰਮੇਵਾਰੀ ਸਮਝਦੇ ਲੋਕ ਜਿਹੜੇ ਬੂਟੇ ਨਹੀਂ ਲਗਾ ਰਹੇ ਬੂਟਾ ਬੇਸ਼ੱਕ ਲਗਾ ਦਿੰਦੇ ਨੇ ਪਰ ਉਹਦੀ ਕੇਅਰ ਨਹੀਂ ਕੀਤੀ ਜਾਂਦੀ ਹਾਂਜੀ ਇਸੇ ਕਰਕੇ ਤੇ ਮੈਂ ਇਸ ਸੰਸਥਾ ਨਾਲ ਜੁੜਿਆ ਇਹ ਪਟਿਆਲੇ ਚ ਪਹਿਲਾ ਜਿਹੜਾ ਪ੍ਰਾਈਵੇਟ ਪ੍ਰੋਜੈਕਟ ਹੈ ਤੇ ਜਿੰਨੇ ਆਪਣੇ ਵਲੰਟੀਅਰਸ ਹੈ ਇੱਥੇ ਮਿਸਟਰ ਬਿਰਕ ਸਾਹਿਬ ਹੈ ਸੋਨੂ ਜੀ ਹੈ ਹਰਭਗਵਾਨ ਜੀ ਹੈ ਐਮਐਲਏ ਮੋਈ ਸਾਹਿਬ ਆਏ ਹੈ ਅਰੋੜਾ ਜੀ ਹੈ ਇਹ ਸਾਰੇ এনवायरमेंटਲਿਸਟ ਹੈ ਇਸਾਰੇ ਇਸ ਚੀਜ਼ ਨੂੰ ਪਸੰਦ ਕਰਦੇ ਆ ਇਸ ਕਰਕੇ ਇਸ ਮਹਮ ਨਾਲ ਇੱਕ ਅਵੇਅਰਨੈਸ ਵੀ ਕ੍ਰੀਏਟ ਕੀਤੀ ਜਾਏਗੀ ਵੀ ਹੋਰ ਵੀ ਇਹ ਫਰਦਰ ਇਹ ਮਲਟੀਪਲਾਈ ਹੋਣ ਇਸ ਤਰ੍ਹਾਂ ਦੇ ਫੋਰੈਸਟ ਆਪਣੇ ਸ਼ਹਿਰ ਚ ਆਪਣੇ ਦੇ ਆਪਣੇ ਪ੍ਰਦੇਸ਼ ਚ ਬਿਲਕੁਲ ਜਿਸ ਤਰ੍ਹਾਂ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਜਿਹੜਾ ਅਸੀਂ ਕਦਮ ਚੁੱਕਿਆ ਸੰਸਥਾ ਦੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨਾਲ ਵੱਲੋਂ ਕਦਮ ਚੁੱਕਿਆ ਗਿਆ ਭਾਈ ਜੀ ਕਿਹੜੀ ਸੰਸਥਾ ਹੈ ਤੇ ਕੀ ਉਪਰਾਲੇ ਕਰ ਰਹੀ ਹੈ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਇੱਕ ਨੌਜਵਾਨ ਉਹ ਇਹ ਕੰਮ ਦੇ ਵਿੱਚ ਤੁਰ ਗਿਆ ਤੁਹਾਨੂੰ ਲੱਗਦਾ ਨਹੀਂ ਸੀ ਨੌਕਰੀ ਜਾਈਏ ਪੈਸਾ ਕਮਾਈਏ ਵੀ ਇਹ ਕੰਮ ਕਿਹੜਾ ਹੈ ਸਭ ਤੋਂ ਪਹਿਲਾਂ ਜੀ ਫਤਿਹ ਬੁਲਾਣਾ ਚਾਹਾਂਗਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਤੇ ਮੈਂ ਇੱਕੋ ਸਿੱਖ ਸੰਸਥਾ ਦੇ ਵਿੱਚ ਐਜ਼ ਅ ਫੋਰੈਸਟ ਮੇਕਰ ਫੁੱਲ ਟਾਈਮ ਵਰਕ ਕਰ ਰਿਹਾ ਜੀ ਤੇ ਹੁਣ ਤੱਕ ਪੰਜਾਬ ਦੇ ਵਿੱਚ ਅਸੀਂ 320 ਜੰਗਲ ਲਗਾ ਚੁੱਕੇ ਹਾਂ ਤੇ 301ਵਾਂ ਜੰਗਲ ਇੱਥੇ ਲੱਗ ਰਿਹਾ ਜੀ ਸੋ 2019 ਤੋਂ ਪਹਿਲਾਂ ਅਸੀਂ ਵੀ ਟ੍ਰੈਡੀਸ਼ਨਲ ਵੇ ਦੇ ਨਾਲ ਪਲਾਂਟੇਸ਼ਨ ਕਰਦੇ ਸੀ ਵੀ ਸੜਕ ਦੇ ਦੁਆਲੇ ਜਾਂ ਕਿਸੇ ਹੋਰ ਖਾਲੀ ਜਗ੍ਹਾ ਵੀ ਗੰਢ ਜਗ੍ਹਾ ਪਈ ਆ ਕਿ ਉੱਥੇ ਬੂਟੇ ਲਾ ਦਿੰਦੇ ਸੀਗੇ ਸੋ ਉਹਨਾਂ ਦੀ ਜਿਹੜੀ ਟੇਕ ਕੇਅਰ ਕਰਨ ਦਾ ਵੀ ਇੱਕ ਅਲੱਗ ਤੋਂ ਈਸ਼ਵਰ ਹੁੰਦਾ ਸੀਗਾ ਫਿਰ ਉਹ ਚੱਲਣ ਨਾ ਚੱਲਣ ਉਹਦਾ ਵੀ ਅਲੱਗ ਤੋਂ ਸ਼ਰਵਿੰਦਾ ਸੀ ਟੇਕ ਕੇਅਰ ਵੀ ਨਹੀਂ ਹੁੰਦੀ ਸੀ ਮੈਂ ਦੇਖਿਆ ਕਈ ਵਾਰ ਬੂਟਾ ਲੱਗਾ ਵੀ ਖਰਾਬ ਹੋ ਜਾਂਦਾ ਪੈਸਾ ਵੀ ਖਰਾਬ ਹੋ ਜਾਂਦਾ ਬਿਲਕੁਲ ਜੀ ਸੋ ਹੁਣ ਦੂਸਰੀ ਗੱਲ ਇਹ ਆ ਇੱਕ ਸਮਾਂ ਹੁਣ ਇਦਾਂ ਦਾ ਆ ਗਿਆ ਕੱਲੇ ਕੱਲੇ ਬੂਟੇ ਲਾਏ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਹੁਣ ਜੰਗਲਾਂ ਦੀ ਲੋੜ ਆ ਬਿਲਕੁਲ ਸੋ ਇੰਨਾ ਜ਼ਿਆਦਾ ਆਪਾਂ 에ਅਰ ਕੁਆਲਿਟੀ ਇੰਡੈਕਸ ਦੀ ਮੈਂ ਗੱਲ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ ਵਿਲਿਆਣੇ ਦਾ ਸ਼ਹਿਰ ਪਟਿਆਲੇ ਦਾ ਜਲੰਧਰ ਦਾ ਮਿਰਸਰ ਦਾ ਕਿੰਨਾ ਹੁੰ ਆਮ ਜਿਹੜਾ 50 ਦੀ ਗਿਣਤੀ ਤੱਕ ਜਿਹੜਾ ਸਕੇਲ ਹੁੰਦਾ ਹੈ ਉਹਦਾ ਉਹ ਗੁੱਡ ਮੰਨਿਆ ਜਾਂਦਾ ਵੀ ਉਹਦੇ ਵਿੱਚ ਸਹੀ ਤਰੀਕੇ ਨਾਲ ਸਾਹ ਲੈ ਸਕਦੇ ਆ ਸੋ ਅਬ ਨਾਰਮਲੀ ਜਿਹੜਾ ਜਰਨਲੀ ਹੁਣ ਆਪਾਂ ਗੱਲ ਕਰੀਏ ਉਹ 150 ਤੋਂ 200 250 ਦੇ ਵਿੱਚ ਵਿੱਚ ਰਹਿੰਦਾ ਆ ਸੋ ਜਿਹੜਾ ਕਿ ਬਹੁਤ ਹੀ ਸਾਡੀ ਦੇਸ਼ ਦੇ ਲਈ ਹਾਨੀ ਕਰਕੀ ਚੀਜ਼ ਹੈ ਅੱਜ ਦੀ ਗੱਲ ਕੀਤੀ ਆ ਬਾਜੀ ਕਿੰਨੇ ਕਬੂਟੇ ਲਗਾਏ ਜਾਗੇ ਸੰਸਥਾ ਦੀ ਗੱਲ ਕੀਤੀ ਆ ਕਿਹੜੀ ਕਿਹੜੀ ਜਗ੍ਹਾ ਤੇ ਜਾ ਕੇ ਅਸੀਂ ਬੂਟੇ ਲਗਾਏ ਅੱਜ ਇੱਥੇ 200 ਬੂਟੇ ਲਗਾਏ ਜਾ ਰਹੇ ਨੇ ਜਿਦੇ ਵਿੱਚ 32 ਨੇਟਿਵ ਸਪੀਸੀਜ਼ ਹੈਗੀਆਂ ਸਾਰੀਆਂ ਹੀ ਰਵਾਇਤੀ ਪ੍ਰਜਾਤੀਆਂ ਨੇ ਤੇ ਇਹਨਾਂ ਦੇ ਵਿੱਚ ਕੁਝ ਪ੍ਰਜਾਤੀਆਂ ਤਾਂ ਇਦਾਂ ਵੀ ਆ ਜਿਹੜੀਆਂ ਪੰਜਾਬ ਦੇ ਵਿੱਚ ਬਿਲਕੁਲ ਲੋਪ ਹੀ ਹੋਣ ਵਾਲੀਆਂ ਨੇਗੀਆਂ ਸੋ ਉਹਨਾਂ ਦਾ ਵੀ ਇਹ ਇੱਕ ਬੀਜ ਬੈਂਕ ਤਿਆਰ ਹੋ ਰਿਹਾ ਆ ਆਕਸੀਜਨ ਲੰਗਰ ਚਲੋ ਲੱਗ ਹੀ ਰਿਹਾ ਆ ਤੇ ਨਾਲ ਨਾਲ ਇੱਕ ਸੀਡ ਬੈਂਕ ਵੀ ਤਿਆਰ ਹੋ ਰਿਹਾ ਜੀ ਇੱਥੇ ਜੀ ਸੰਸਥਾ ਦੀ ਗੱਲ ਕੀਤੀ ਆ ਕਿ ਸੰਸਥਾ ਇਹਦੀ ਕੇਅਰ ਕਰੂਗੀ ਜਾਂ ਜਿਨ੍ਹਾਂ ਨੇ ਘਰ ਦੇ ਵਿੱਚ ਲਗਾ ਕੇ ਕੀ ਉਹ ਕੇਅਰ ਕਰਨਗੇ ਬਿਲਕੁਲ ਜੀ ਸਾਡੇ ਵੱਲੋਂ ਰੈਗੂਲਰ ਮੋਨੀਟਰਿੰਗ ਕੀਤੀ ਜਾਂਦੀ ਹੈ ਇਹਨਾਂ ਦੀ 6 3 ਮਹੀਨੇ ਬਾਅਦ 6 ਮਹੀਨੇ ਬਾਅਦ ਫਿਰ ਉਸ ਤੋਂ ਬਾਅਦ ਸਾਲ ਬਾਅਦ ਹਰ 3 ਮਹੀਨੇ ਦੇ ਇੰਟਰਵਲ ਤੋਂ ਬਾਅਦ ਸਾਡੇ ਵੱਲੋਂ ਸਾਡੇ ਜਿਹੜੇ ਆਉਂਦੇ ਨੈਕਸਪਰਟ ਆਉਂਦੇ ਨੇ ਕਿ ਫਾਰਸਮਿਕ ਐਕਸਪਰਟ ਆਉਂਦੇ ਨੇ ਉਹ ਇਹਦੀ ਕਰਕੇ ਜਾਂਦੇ ਮੋਨੀਟਰਿੰਗ ਕਰਦੇ ਆ ਇਹ ਦੋ ਕੰਮ ਹੀ ਹੁੰਦੇ ਆ ਇਹਦੇ ਵਿੱਚ ਬੈਸਿਕਲੀ ਪਾਣੀ ਦੇਣਾ ਤੇ ਡੀਵੀਟਿੰਗ ਕਰਨੀ ਤੇ ਉਹਦੇ ਨਾਲ ਨਾਲ ਸਾਡੀ ਜਿਹੜੀ ਗਾਈਡੈਂਸ ਆ ਪ੍ਰੋਪਰ ਮਿਲਦੀ ਜਾਂਦੀ ਅਸੀਂ ਆਪ ਖੁਦ ਆ ਕੇ ਇੱਥੇ ਗੇੜਾ ਮਾਰਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਮੋਨੀਟਰ ਕਰਦੇ ਰਹਿੰਦੇ ਆ ਇੱਕ ਚੀਜ਼ ਨੂੰ ਵੀ ਸਭ ਕੁਝ ਠੀਕ ਚੱਲ ਰਿਹਾ ਹੈ ਅਗਰ ਕੋਈ ਚੀਜ਼ ਦੀ ਲੋਡ ਹੈ ਕਿਤੇ ਘਟਵਾਦ ਹੈ ਤਾਂ ਉਹਦੀ ਵੀ ਅਸੀਂ ਬਿਲਕੁਲ ਕਰਦੇ ਆ ਜੀ ਸਭ ਬਿਲਕੁਲ ਸੰਸਥਾ ਦੀ ਗੱਲ ਕੀਤੀ ਹੋਵੇ ਸੰਸਥਾ ਆਪਣੇ ਪੱਧਰ ਤੇ ਜਿਹੜਾ ਕੰਮ ਕਰ ਰਹੀ ਹੈ ਕਿਉਂਕਿ ਜ਼ਰੂਰ ਹੈ ਕਿਉਂਕਿ ਆਕਸੀਜਨ ਦੀ ਬਹੁਤ ਕਮੀ ਸੀ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹਦੇ ਹੋ ਅੰਕਲ ਜੀ ਲਗਾਤਾਰ ਪੰਜਾਬ ਦੀ ਗੱਲ ਕੀਤੀ ਹੋਵੇ ਆਕਸੀਜਨ ਦੀ ਬਹੁਤ ਕਮੀ ਸੀ ਬੇਸ਼ੱਕ ਸਰਕਾਰਾਂ ਕਹਿ ਰਹੀ ਨੇ ਵੀ ਸਾਡੇ ਕੋਲ ਆਕਸੀਜਨ ਦੀ ਪੂਰੀ ਜੜੀ ਹੈ ਪ੍ਰਬੰਧ ਨੇ ਪਰ ਕਿਤੇ ਨਾ ਕਿਤੇ ਸਰਕਾਰ ਵੀ ਵੇਸ ਰਹੀ ਹੈ ਡਿਪਾਰਟਮੈਂਟ ਦੀ ਗੱਲ ਕੀਤੀ ਹੈ ਵੀ ਡਿਪਾਰਟਮੈਂਟ ਵੱਲੋਂ ਬੂਤੇ ਲਗਾ ਜਾਂਦੇ ਨੇ ਪਰ ਕੇਅਰ ਨਹੀਂ ਕੀਤੀ ਜਾਂਦੀ ਹੁਣ ਆਖਰ ਜਿਹੜਾ ਐਨ ਆਰ ਆਈ ਭਾਈਚਾਰੇ ਵੱਲੋਂ ਇਹ ਸਹਿਯੋ ਦੇ ਪਰਵੰਦਕਾਂ ਨੂੰ ਮੁਹਰਬਾਨੀ ਜਿੰਨਾ ਚਾਹੁੰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਇਸ ਵੇਲੇ ਸਾਡੇ ਹਿੰਦੁਸਤਾਨ ਚ ਖਾਸ ਕਰਕੇ ਡੀਫੋਰੈਸਟੇਸ਼ਨ ਨਾਲ ਸੜਕਾਂ ਬਣਾਉਣ ਨਾਲ ਨੈਸ਼ਨਲ ਹਾਈਵੇਜ਼ ਬਣਾਉਣ ਨਾਲ ਲੱਖਾਂ ਦੀ ਗਿਣਤੀ ਵਿੱਚ ਦਰਖਤ ਕੱਟੇ ਜਾ ਚੁੱਕੇ ਨੇ ਬਿਲਕੁਲ ਤੇ ਉਹਨਾਂ ਨੂੰ ਰਿਪਲੇਸ ਕਰਨ ਦਾ ਨਵੇਂ ਦਰਖਤ ਲਾਉਣ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ ਇਕੋਸਿਕ ਮੂਵਮੈਂਟ ਨੇ ਇਹ ਜਿਹੜਾ ਉਪਰਾਲਾ ਕੀਤਾ ਬਹੁਤ ਚੰਗਾ ਵਾਤਾਵਰਨ ਜੋ ਸਾਡਾ ਪ੍ਰਦੂਸ਼ਿਤ ਹੋ ਚੁੱਕਿਆ ਸੀਗਾ ਇਸ ਨੂੰ ਠੀਕ ਕਰਨ ਲਈ ਇਸ ਤਰ੍ਹਾਂ ਅਸੀਂ ਕਰਾਂ ਵਿੱਚ ਛੋਟੇ ਛੋਟੇ ਲੈਵਲ ਤੇ ਇਹ ਜੰਗਲੀ ਕੈਲ ਨੂੰ ਸਮਾਲ ਸਕਿਲ ਤੇ ਲਾ ਰਹੇ ਹਾਂ ਬਹੁਤ ਵੱਡਾ ਉਪਰਾਲਾ ਤੇ ਮੈਂ ਇਹਨਾਂ ਨੂੰ ਮੋੜ ਕੋਦਾਂ ਸੋ ਬਿਲਕੁਲ ਇੱਕੋ ਸਿਕ ਸੰਥਾ ਜਿਹੜੀ ਹੈ ਆਪਣੇ ਪਦਰ ਤੇ ਕੰਮ ਕਰੀ ਹੈ ਸੋ ਸਾਨੂੰ ਵੀ ਲੋੜ ਆ ਅਜੇ ਕਾਰਜ ਕਰਨ ਦੀ ਕਿਉਂਕਿ ਜੇਕਰ ਆਪਾਂ ਇੱਕ ਬੂਟਾ ਲਗਾਵਾਂਗੇ ਤਾਂ ਕਈਆਂ ਨੂੰ ਜਿਹੜਾ ਆਕਸੀਜਨ ਦੇ ਸਕਦਾ ਤੇ ਕਈਆਂ ਦੀ ਜਿਹੜੀ ਆ ਉਹ ਜਾਨ ਵੀ ਬਚਾ ਸਕਦਾ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ